ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅਤੇ ਅੱਜ ਦੀ ਰੈਸਪੀ ਬਹੁਤ ਹੀ ਟੇਸਟੀ ਅਤੇ ਮਜ਼ੇਦਾਰ ਹੈ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਚਟਨੀ। ਚਟਨੀਆਂ ਤਾਂ ਤੁਸੀਂ ਬਹੁਤ ਬਣਾਉਂਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ, ਜਿੱਦਾਂ ਦੀ ਵੀ ਤੁਹਾਨੂੰ ਪਸੰਦ ਹੈ ਤੁਸੀਂ ਬਣਾ ਕੇ ਖਾਂਦੇ ਹੋ। ਪਰ ਜਿਹੜੀ ਅੱਜ ਆਪਾਂ ਚਟਨੀ ਬਣਾਉਣੀ ਹੈ, ਇਹਨੂੰ ਤੁਸੀਂ ਇੱਕ ਕਿਸਮ ਦੀ ਦਵਾਈ ਵੀ ਕਹਿ ਸਕਦੇ ਹੋ, ਕਿਉਂਕਿ ਟੇਸਟ ਦੇ ਨਾਲ ਨਾਲ ਇਹਨੇ ਸਾਡੀ ਬੋਡੀ ਨੂੰ ਬਹੁਤ ਜ਼ਿਆਦਾ ਫਾਇਦਾ ਦੇਣਾ ਹੈ। ਚਲੋ ਜੀ, ਫਿਰ ਸ਼ੁਰੂ ਕਰਦੇ ਅੱਜ ਦੀ ਆਪਣੀ ਰੈਸਪੀ। ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਟੇਸਟੀ ਪੁਦੀਨੇ ਅਤੇ ਧਨੀਏ ਦੀ ਚਟਨੀ, ਜਿਹੜੀ ਕਿ ਬੜੀ ਜ਼ਕਰੀ ਹੈ ਅਤੇ ਇਹਦੇ ਬਹੁਤ ਸਾਰੇ ਫਾਇਦੇ ਨੇ, ਇਹਦੇ ਸਾਡੇ ਪੇਟ ਨੂੰ ਬਹੁਤ ਸਾਰੇ ਫਾਇਦੇ ਨੇ। ਅਤੇ ਪਰ ਖਾਸ ਕਰਕੇ ਇਹ ਜੋ ਚਟਨੀ ਹੈ, ਇਹ ਲੀਵਰ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੈ। ਜਿਵੇਂ ਕਿ ਸਾਡਾ ਫੈਟੀ ਲੀਵਰ ਹੈ, ਜੇ ਸਾਨੂੰ ਵਾਧਾ ਜਮੀ ਰਹਿੰਦੀ ਹੈ, ਖੱਟੇ ਡਕਾਰ ਆਉਂਦੇ ਨੇ, ਜੋ ਕੁਛ ਵੀ ਅਸੀਂ ਖਾਂਦੇ ਹਾਂ ਸਾਡਾ ਪੇਟ ਭਾਰੀ ਰਹਿੰਦਾ ਹੈ, ਅਤੇ ਉਹਦੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ। ਜੇ ਸਾਨੂੰ ਭੁੱਖ ਘੱਟ ਲੱਗਦੀ ਹੈ ਉਹਨੂੰ ਵੀ ਇਹ ਠੀਕ ਕਰਦੀ ਹੈ, ਅਤੇ ਜਿਹਨੂੰ ਲੋੜ ਤੋਂ ਜ਼ਿਆਦਾ ਭੁੱਖ ਲੱਗਦੀ ਹੈ ਉਹਨੂੰ ਵੀ ਇਹ ਘਟਾਉਂਦੀ ਹੈ, ਉਹਦੀ ਭੁੱਖ ਨੂੰ ਸੈੱਟ ਕਰਦੀ ਹੈ। ਚਲੋ ਜੀ, ਫਿਰ ਸ਼ੁਰੂ ਕਰਦੇ ਹਾਂ ਅੱਜ ਆਪਾਂ ਇਹ ਬਹੁਤ ਹੀ ਟੇਸਟੀ ਚਟਨੀ ਬਣਾਉਣੀ, ਜਿਹੜੀ ਕਿ ਫਟਾਫਟ ਹੀ ਬਣ ਜਾਂਦੀ ਹੈ। ਆਹ ਦੇਖੋ, ਆਹ ਸਾਰਾ ਸਮਾਨ ਹੈ ਜੋ ਕਿ ਆਪਾਂ ਅੱਜ ਚਟਨੀ ਵਿੱਚ ਵਰਤਣਾ ਹੈ। ਇਹ ਮੇਰੇ ਕੋਲ 2 ਕੁ ਮੁੱਠੀਆਂ ਦੇ ਕਰੀਬ ਧਨੀਆ ਹੈ, ਇਹਨੂੰ ਮੈਂ ਧੋ ਕੇ ਸਾਫ਼ ਕਰ ਲਿਆ, ਅਤੇ ਜਦੋਂ ਮੈਂ ਕੁੱਟਣਾ ਇਹ ਚਟਨੀ ਨੂੰ ਉਸੇ ਟਾਈਮ ਮੈਨੂੰ ਕੱਟ ਲੈਣਾ ਹੈ। ਧਨੀਆ 2 ਮੁੱਠੀਆਂ 3 ਹੋਣ, ਅਤੇ ਤੁਸੀਂ ਪੁਦੀਨਾ ਸਿਰਫ ਇੰਨਾ ਕੀ ਪਾਉਣਾ ਕਿ ਜਿਵੇਂ 10-15 ਪੱਤੇ ਕਹਿ ਲਓ, 4-5 ਲਸਣ ਦੀਆਂ ਕਲੀਆਂ, ਅਤੇ 1/2 ਇੰਚ ਅਦਰਕ, ਅਤੇ 2 ਹਰੀਆਂ ਮਿਰਚਾਂ, ਇਹਨੂੰ ਤੁਸੀਂ ਆਪਣੇ ਸਵਾਦ ਅਨੁਸਾਰ ਵਧਾ ਘਟਾ ਸਕਦੇ ਹੋ। 1/2 ਚਮਚ ਜੀਰਾ, ਅਤੇ 10-12 ਇਹਦੇ ਵਿੱਚ ਆਪਾਂ ਕਾਲੀਆਂ ਮਿਰਚਾਂ ਪਾਵਾਂਗੇ, 1 ਚੁਟਕੀ ਹਿੰਗ, ਕਾਲਾ ਨਮਕ ਅਤੇ ਸੇਂਦਾ ਨਮਕ, ਇਹ ਵੀ ਸਵਾਦ ਅਨੁਸਾਰ ਪਾਵਾਂਗੇ। ਇਹ ਚਟਨੀ ਨੂੰ ਅੱਜ ਆਪਾਂ ਕੁੱਟਾਂਗੇ ਜੀ ਮਿੱਟੀ ਦੇ ਕੁੰਡੇ ਵਿੱਚ। ਜਿੰਨੀਆਂ ਮਰਜ਼ੀ ਤੁਸੀਂ ਮਿਕਸੀਆਂ 'ਚ ਚਟਨੀ ਕੁੱਟ ਲਓ, ਪਰ ਜੋ ਸਵਾਦ ਇਹ ਮਿੱਟੀ ਦੇ ਕੁੰਡੇ 'ਚ ਆਉਂਦਾ ਹੈ ਨਾ, ਉਹ ਚਟਨੀ ਦਾ ਸਵਾਦ ਕਿਤੇ ਵੀ ਨਹੀਂ ਆਉਂਦਾ। ਇਹਨੂੰ ਅੱਜ ਆਪਾਂ ਬਣਾ ਜਾ ਰਹੇ ਹਾਂ ਜੀ ਮਿੱਟੀ ਦੇ ਕੁੰਡੇ ਵਿੱਚ। ਸਭ ਤੋਂ ਪਹਿਲਾਂ ਆਪਾਂ ਜੀਰਾ ਅਤੇ ਕਾਲੀ ਮਿਰਚ ਇਹ ਪਾਵਾਂਗੇ। ਹੁਣ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਕੁੱਟ ਲਵਾਂਗੇ। ਥੋੜ੍ਹਾ ਇਹਨੂੰ ਬਰੀਕ ਕਰਕੇ ਫਿਰ ਆਪਾਂ ਇਹਦੇ ਵਿੱਚ ਲਸਣ ਅਦਰਕ ਅਤੇ ਹਰੀ ਮਿਰਚ ਪਾਵਾਂਗੇ। ਕਾਲੀ ਮਿਰਚ ਅਤੇ ਜੀਰੇ ਨੂੰ ਆਪਾਂ ਇਸ ਤਰ੍ਹਾਂ ਕੁੱਟ ਲਿਆ, ਇਹਨੂੰ ਬਹੁਤਾ ਬਰੀਕ ਨਹੀਂ ਕਰਨਾ, ਥੋੜ੍ਹਾ ਦਰਦਰਾ ਹੀ ਰੱਖਣਾ ਹੈ। ਆਹ ਦੇਖੋ, ਹੁਣ ਇਹਦੇ ਵਿੱਚ ਆਪਾਂ ਅਦਰਕ ਅਤੇ ਨਾਲ ਹੀ ਇਹਦੇ ਲਸਣ ਪਾ ਦਾਂਗੇ। ਇਹਨੂੰ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਇਹਦੀ ਮਾਤਰਾ ਤੁਸੀਂ ਵਧਾ ਘਟਾ ਸਕਦੇ ਹੋ, ਜਿੰਨਾ ਕੁ ਤੁਸੀਂ ਖਾਣਾ ਪਸੰਦ ਕਰਦੇ ਹੋ ਇਹਨੂੰ ਪਾਉਣਾ ਹੈ। ਪਰ ਇਹਨਾਂ ਦੋਨਾਂ ਚੀਜ਼ਾਂ ਦਾ ਚਟਨੀ ਵਿੱਚ ਪਾਉਣਾ ਬਹੁਤ ਜ਼ਿਆਦਾ ਹੀ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਹੀ ਚਟਨੀ ਆਪਣੀ ਬਹੁਤ ਵਧੀਆ ਬਣਦੀ ਹੈ। ਇਸ ਤੋਂ ਬਿਨਾਂ ਚਟਨੀ ਨੇ ਜੋ ਕੰਮ ਸਹੀ ਤਰੀਕੇ ਨਾਲ ਕਰਨਾ ਹੈ ਉਹ ਕੰਮ ਨਹੀਂ ਹੋਣਾ ਜੇ ਆਪਾਂ ਇਹ ਚੀਜ਼ਾਂ ਦੇ ਵਿੱਚ ਨਹੀਂ ਪਾਵਾਂਗੇ। ਹੁਣ ਆਪਾਂ ਇਹਦੇ ਵਿੱਚ 10-15 ਪੁਦੀਨੇ ਦੇ ਪੱਤੇ ਪਾਏ ਨੇ, ਇਹਦੇ ਨਾਲ ਹੀ ਧਨੀਏ ਨੂੰ ਕੱਟ ਕੇ ਪਾ ਦਾਂਗੇ। ਧਨੀਏ ਨੂੰ ਤੁਸੀਂ ਥੋੜ੍ਹਾ ਮੋਟਾ ਵੀ ਕੱਟ ਲਓ, ਕਿਉਂਕਿ ਜਿਸ ਟਾਈਮ 'ਤੇ ਆਪਾਂ ਇਹਦੀ ਚਟਨੀ ਬਣਾਉਣੀ ਹੈ ਇਹਨੇ ਬਿਲਕੁਲ ਬਰੀਕ ਹੋ ਜਾਣਾ ਹੈ। ਧਨੀਆ ਆਪਣੇ ਕੋਲ ਟੋਟਲ 3 ਮੁੱਠੀਆਂ ਸੀ, ਇਹਨੂੰ ਆਪਾਂ ਕੱਟ ਲਿਆ ਹੈ, ਅਤੇ ਕੱਟ ਕੇ ਆਪਾਂ ਇਸ ਤਰ੍ਹਾਂ ਇਹਨੂੰ ਥੋੜ੍ਹਾ ਮੋਟਾ ਹੀ ਕੱਟ ਲਿਆ, ਅਤੇ ਹੁਣ ਇਹਦੇ ਨਾਲ ਹੀ ਇਹ ਬਣੀ 2 ਮਿਰਚਾਂ, ਇਹਨੂੰ ਵੀ ਇਸ ਤਰ੍ਹਾਂ ਕੱਟ ਕੇ ਕੁੰਡੀ ਵਿੱਚ ਪਾਵਾਂਗੇ। 1 ਚੁਟਕੀ ਹਿੰਗ ਉਹ ਪਾ ਦਾਂਗੇ, 1/2 ਚਮਚਾ ਸੇਂਦਾ ਨਮਕ, 1/2 ਚਮਚਾ ਕਾਲਾ ਨਮਕ। ਹੁਣ ਆਪਾਂ ਇਹਨੂੰ ਕੁੱਟਦੇ ਹਾਂ। ਜਦੋਂ ਵੀ ਤੁਸੀਂ ਚਟਨੀ ਨੂੰ ਕੁੱਟਣਾ ਹੈ ਥੋੜ੍ਹਾ ਧਿਆਨ ਰੱਖਣਾ ਹੈ ਕਿ ਇਹਦੇ ਵਿੱਚ ਆਪਾਂ ਮਿਰਚ ਪਾਈਏ, ਉਹਦਾ ਛਿੱਟਾ ਅੱਖ ਵਿੱਚ ਨਾ ਚੱਲ ਜਾਵੇ, ਬੜੇ ਧਿਆਨ ਨਾਲ ਚਟਨੀ ਨੂੰ ਕੁੱਟ ਕੇ ਤਿਆਰ ਕਰਨਾ ਹੈ। ਇਹ ਚਟਨੀ ਦਾ
ਤੁਕਾ ਮੈਂ ਸਾਲ ਪਹਿਲਾਂ ਇੱਕ ਵੈਦਕੋ ਸੁਣਿਆ ਸੀ ਅਤੇ ਫਿਰ ਮੈਂ ਇਹਨੂੰ ਆਪਣੇ ਘਰ ਬਣਾ ਕੇ ਟਰਾਈ ਕੀਤਾ ਅਤੇ ਮੈਂ ਇਹਨੂੰ ਰੂਟੀਨ 'ਚ ਆਪਣੇ ਘਰ ਬਣਾਇਆ ਅਤੇ ਸਾਰਿਆਂ ਨੇ ਇਹਨੂੰ ਇਸਤੇਮਾਲ ਕੀਤਾ ਅਤੇ ਸਾਨੂੰ ਕਾਫੀ ਫਾਇਦਾ ਮਿਲਿਆ ਅਤੇ ਮੈਂ ਕਿਹਾ ਚਲੋ ਜੀ ਫਿਰ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰਾਂ ਕਿ ਤੁਹਾਨੂੰ ਵੀ ਇਹਦੀ ਰੈਸਪੀ ਦੇਵਾਂ ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਲੀਵਰ ਦੀ ਤੁਸੀਂ ਇਹਨੂੰ ਬਣਾ ਕੇ ਟਰਾਈ ਕਰੋ ਅਤੇ ਤੁਹਾਨੂੰ ਇਹਦਾ ਲਾਭ ਮਿਲੇਗਾ ਤੁਸੀਂ ਇਹਨੂੰ ਦੋ ਟਾਈਮ ਆਪਣੀ ਰੋਟੀ ਨਾਲ ਲੈ ਸਕਦੇ ਹੋ ਜਦੋਂ ਵੀ ਤੁਸੀਂ ਇਹ ਚਟਨੀ ਖਾਣੀ ਹੈ ਇਹਨੂੰ ਉਸੇ ਟਾਈਮ ਕੁੱਟੋ ਇਹਨੂੰ ਫਰਿੱਜ 'ਚ ਸਟੋਰ ਨਹੀਂ ਕਰਨਾ ਤਾਜ਼ਾ ਹੀ ਬਣਾਓ ਅਤੇ ਤਾਜ਼ਾ ਹੀ ਖਾਓ ਅਸੀਂ ਜੋ ਵੀ ਚਟਪਟੀਆਂ ਖੱਟੀਆਂ ਮਿੱਠੀਆਂ ਮਸਾਲਿਆਂ ਵਾਲੀਆਂ ਚਟਨੀਆਂ ਖਾਂਦੇ ਹਾਂ ਉਹ ਤਾਂ ਸਿਰਫ ਸਾਡੇ ਮੂੰਹ ਦਾ ਟੇਸਟ ਹੀ ਹੈ ਉਹਨੇ ਸਾਨੂੰ ਕੋਈ ਇੰਨਾ ਜ਼ਿਆਦਾ ਲਾਭ ਨਹੀਂ ਦੇਣਾ ਪਰ ਇਹ ਜੋ ਚਟਨੀ ਹੈ ਇਹਨੇ ਸਾਨੂੰ ਬਹੁਤ ਲਾਭ ਦੇਣਾ ਇੱਕ ਤਾਂ ਬੜੀ ਸਿੰਪਲ ਚਟਨੀ ਹੈ ਇਹਦੇ ਵਿੱਚ ਕੁਛ ਵੀ ਅਸੀਂ ਖੱਟਾ ਨਹੀਂ ਪਾਇਆ ਇਹਨੂੰ ਅਸੀਂ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕੀਤਾ ਹੈ ਬਸ ਇਹਨੂੰ ਅਸੀਂ ਇਸ ਤਰ੍ਹਾਂ ਦਾ ਦਰਦਰਾ ਜਿਹਾ ਕੁੱਟਣਾ ਹੈ ਜ਼ਿਆਦਾ ਬਰੀਕ ਨਹੀਂ ਕਰਨਾ ਆਹ ਦੇਖੋ ਜੀ ਇਹਨੇ ਤਾਂ ਇੱਕ ਆਪਣੇ ਮੂੰਹ ਦਾ ਸਵਾਦ ਵੀ ਵਧਾਉਣਾ ਹੈ ਅਤੇ ਜਦੋਂ ਵੀ ਇਹਨੂੰ ਖਾਵਾਂਗੇ ਇਹਦਾ ਸਾਨੂੰ ਲਾਭ ਵੀ ਮਿਲਣਾ ਹੈ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਚਟਨੀ ਅਤੇ ਖੁਸ਼ਬੂ ਬਹੁਤ ਹੀ ਪਿਆਰੀ ਆਉਣ ਡੈ ਪਈ ਹੈ ਅਤੇ ਜਿਹਨੂੰ ਕਿ ਦਿਲ ਕਰਦਾ ਕਿ ਫਟਾਫਟ ਹੁਣੇ ਹੀ ਇਹਨੂੰ ਆਪਾਂ ਖਾ ਲਈਏ ਤੁਸੀਂ ਇਸ ਚਟਨੀ ਦੀ ਮਾਤਰਾ ਜਿਵੇਂ ਆਪਾਂ ਇਹਦੇ 'ਚ ਜੋ ਵੀ ਸਮਾਨ ਪਾਇਆ ਇਹਨੂੰ ਆਪਣੇ ਪਰਿਵਾਰ ਦੇ ਅਕੋਰਡਿੰਗ ਵਧਾ ਘਟਾ ਸਕਦੇ ਹੋ ਲਓ ਜੀ ਆਪਣੀ ਥੋੜ੍ਹੀ ਜਿਹੀ ਮਿਹਨਤ ਦੇ ਨਾਲ ਹੀ 5-7 ਮਿੰਟਾਂ 'ਚ ਆਪਣੀ ਬਹੁਤ ਹੀ ਟੇਸਟੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ ਚਟਨੀ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਅਤੇ ਕਿੰਨੀ ਵਧੀਆ ਬਣੀ ਹੈ ਇਹਨੂੰ ਤੁਸੀਂ ਜਦੋਂ ਵੀ ਰੋਟੀ ਖਾਣੀ ਹੈ ਇੱਕ ਟਾਈਮ ਇਹਦਾ ਇੱਕ ਚਮਚਾ ਲਓ ਅਤੇ ਇਹਨੂੰ ਆਪਣੀ ਰੋਟੀ ਦੇ ਨਾਲ ਖਾਓ ਅਤੇ ਰੋਟੀ ਦਾ ਟੇਸਟ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਰੋਟੀ ਖਾਣ ਨੂੰ ਸਾਡਾ ਮਨ ਵੀ ਕਰਦਾ ਹੈ ਜੇ ਭੁੱਖ ਨਹੀਂ ਲੱਗਦੀ ਤਾਂ ਫਿਰ ਵੀ ਸਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ ਅਗਰ ਕਿਸੇ ਨੂੰ ਲੀਵਰ ਦੀ ਕੋਈ ਵੀ ਪ੍ਰੋਬਲਮ ਹੈ ਉਹ ਇਹਦਾ ਇਸਤੇਮਾਲ ਕਰੇ ਉਹਨੂੰ ਤਾਂ ਇਹਦਾ ਬਹੁਤ ਜ਼ਿਆਦਾ ਲਾਭ ਮਿਲਣਾ ਅਤੇ ਇਸ ਤੋਂ ਇਲਾਵਾ ਤੰਦਰੁਸਤ ਬੰਦਾ ਵੀ ਇਹਨੂੰ ਖਾਵੇ ਅਤੇ ਉਹਨੂੰ ਇਹੋ ਜਿਹੀ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਅਤੇ ਉਹਦਾ ਲੀਵਰ ਬਿਲਕੁਲ ਹੀ ਠੀਕ ਰਹੇਗਾ ਕਿਉਂਕਿ ਲੀਵਰ ਸਾਡੇ ਸਰੀਰ ਦਾ ਬਹੁਤ ਹੀ ਜ਼ਰੂਰੀ ਹਿੱਸਾ ਹੈ ਅਤੇ ਇਹਦਾ ਤੰਦਰੁਸਤ ਰਹਿਣਾ ਬਹੁਤ ਹੀ ਜ਼ਰੂਰੀ ਹੈ ਅਤੇ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਅਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ